ਹਾਈ ਨਮਸਕਾਰ ਦੋਸਤੋ ਮੈਂ ਦਲਜੀਤ ਸਿੰਘ ਅੱਜ ਤੁਹਾਨੂੰ ਲੈ ਕੇ ਆਇਆ ਆਪਾਂ ਇੱਕ ਇਤਿਹਾਸਿਕ ਜਗ੍ਹਾ ਆਇਆ ਤੇ ਬਾਬਾ ਮਸਤ ਰਾਮ ਜੀ ਦੀ ਜਗ੍ਹਾ ਆ ਤੇ ਇੱਥੇ ਹਰ ਸਾਲ ਦੀ ਤਰ੍ਹਾਂ ਅੱਜ ਵੀ 20 ਜੂਨ ਨੂੰ ਭੰਡਾਰਾ ਲੱਗ ਰਿਹਾ ਤੇ ਬੜੀ ਦੂਰ ਦੂਰ ਦੁਨੀਆ ਆਉਂਦੀ ਹੈ ਦੇਖੋ ਉੱਥੇ ਇਧਰ ਵੀ ਦੁਨੀਆ ਆ ਰਹੀ ਹੈ ਸਾਰੇ ਪਾਸੇ ਦਿਖਾਓ ਅੱਜ ਤੁਹਾਨੂੰ ਆਪਾਂ ਮਿਲਾਉਣ ਜਾ ਰਹੇ ਹਾਂ ਜਿਹੜੇ ਇਹ ਬਾਬਾ ਜੀ ਦੀ ਜਗ੍ਹਾ ਦੇ ਇਸ ਟਾਈਮ ਮੇਨ ਸੇਵਾਦਾਰ ਨੇ ਸਾਡੇ ਬੱਬੂ ਭਾਜੀ ਨੇ ਅਤੇ ਉਹਨਾਂ ਦੇ ਛੋਟੇ ਭਰਾ ਨੇ ਓਮੀ ਜੀ ਅਤੇ ਅੱਜ ਤੁਹਾਨੂੰ ਇਹਨਾਂ ਦਾ ਆਪਾਂ ਭਾਜੀ ਅੱਜ ਆਪਾਂ ਆਏ ਹਾਂ ਬਾਬੇ ਦੇ ਡੇਰੇ 'ਤੇ ਕੁਛ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਦੋ ਚਾਰ ਅਤੇ ਇਹ ਦੱਸੋ ਵੀ ਬਾਬਾ ਜੀ ਦੀ ਇੱਥੇ ਦੀ ਮਾਨਤਾ ਕੀ ਹੈ ਅਤੇ ਕਿੰਨੇ ਸਾਲ ਤੋਂ ਤੁਸੀਂ ਮਤਲਬ ਇੱਥੇ ਸੇਵਾ ਕਰ ਰਹੇ ਹੋ 24 ਸਾਲ ਹੋ ਗਏ ਅੱਛਾ ਜੀ 24 ਸਾਲ ਤੋਂ ਇਹ ਦਰਬਾਰ ਨਾਲ ਜੁੜੇ ਅੱਛਾ ਜੀ 24 ਸਾਲਾਂ ਦੀ ਬਣਿਆ ਹੌਲੀ ਹੌਲੀ ਸਾਰਾ ਕੁਛ ਬਾਕੀ ਸੰਗਤ ਦੇ ਸਹਿਯੋਗ ਠੀਕ ਹੈ ਜੀ ਕਿਹੜੀ ਤਰੀਕ ਨੂੰ ਆਪਾਂ ਰੱਖਦੇ ਹਾਂ ਇੱਥੇ ਪ੍ਰੋਗਰਾਮ ਕਰਦੇ ਹਾਂ ਭੰਡਾਰਾ ਹਫ ਸਾਹਿਬ ਜੀ ਜੀ ਓਕੇ ਦੁਨੀਆ ਖੁਸ਼ ਆਉਂਦੀ ਹੈ ਇੱਥੇ ਹਾਂ ਦੁਨੀਆ ਖੁਸ਼ ਹੈ ਦੂਰ ਦੂਰ ਆਉਂਦੀ ਹੈ 10-15-20 ਤੇ ਇਹ ਸਾਡੇ ਬੋਮੀ ਭਾਜੀ ਨੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਨਾਬ ਬਾਬੇ ਦੀ ਜਗ੍ਹਾ ਦੇ ਬਾਰੇ ਠੀਕ ਹੈ ਜੀ ਬਾਬੇ ਦੀ ਜਗ੍ਹਾ ਦੇ ਉੱਤੇ ਸ਼ੁਕਰਗੁਜ਼ਾਰ ਹੈ ਜੀ ਬੜਾ ਉਸ ਮਾਲਕ ਦਾ ਜਿਹੜਾ ਮੇਲਾ ਲੱਗਿਆ ਹੋਇਆ ਉਹਨਾਂ ਦੇ ਦਰਬਾਰਾਂ ਦੇ ਉੱਤੇ ਮੇਲੇ ਚੱਲਦੇ ਰਹਿਣ ਬਸ ਇੱਦਾਂ ਹੀ ਸਾਰਾ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਤਰੱਕੀਆਂ ਹੋਣ ਇਸ ਪਰਿਵਾਰ ਦੇ ਵਿੱਚ ਤੁਰਿਆ ਰਹੇ ਸਾਰਾ ਸਰਕਲ ਵਧੀਆ ਸਹੀ ਸਲਾਮ ਜੈਵਾ ਹਾਂਜੀ ਹਾਂਜੀ ਬੱਬੂ ਭਾਅ ਜੀ ਹੋਰ ਕੋਈ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਹੋਰ ਸੰਦੇਸ਼ ਆਹੀ ਹੈ ਵੀ ਪਿਆਰ ਭਾਵਨਾ ਨਾਲ ਮੇਲੇ ਦੀ ਰੌਣਕ ਵਧਾਈ ਜਾਣ ਆਨੰਦ ਲੱਗਿਆ ਰਹੇ ਹਾਂਜੀ ਇੱਦਾਂ ਹੀ ਨਜ਼ਾਰੇ ਬਣੇ ਰਹਿਣ ਬਾਬਾ ਜੀ ਮਿਹਰ ਕਰਨ ਸਾਰਿਆਂ ਦੇ ਉੱਪਰ ਇਹ ਤੁਹਾਡਾ ਜਿਹੜਾ ਬਹੁਤ ਵਧੀਆ ਕੰਮ ਹੈ ਜਿਹੜਾ ਕਰ ਰਹੇ ਤੁਸੀਂ ਹਰ ਸਾਲ ਸੇਵਾ ਕਰਦੇ ਹੋ ਲੋਕਾਂ ਦੀ ਦੇਖੋ ਦੁਨੀਆ ਕਿੰਨੀ ਇਕੱਠੀ ਹੋਈ ਹੈ ਇੱਥੇ ਅਤੇ ਮੈਂ ਇਹੀ ਚਾਹੁੰਦਾ ਵੀ ਹਰ ਸਾਲ ਹੋਰ ਤਰੱਕੀ ਹੋਵੇ ਹੋਰ ਅੱਗੇ ਵਾਰੀ ਹੋਰ ਦੁਨੀਆ ਵੱਧ ਆਵੇ